ਜਿਹਨਾਂ ਦਾ ਸਾਰਾ ਟੱਬਰ ਅਮਰੀਕਾ ਲੈ ਆਈ ਪਤਾ। ਹਾਂ ਮੈਂ ਵੀ ਗਈ ਹਾਂ ਕੱਲ੍ਹ, ਮੈਨੂੰ ਤਾਂ ਉੱਥੇ ਜਾ ਕੇ ਹੋਰ ਹੀ ਇੱਕ ਖਬਰ ਸੁਣਨ ਨੂੰ ਮਿਲੀ। ਮੈਨੂੰ ਹਾਸਾ ਵੀ ਆਵੇ, ਮੈਨੂੰ ਗੁੱਸਾ ਵੀ ਬੜਾ ਉਦਾਂ ਚੜ੍ਹੇ, ਅਤੇ ਮੈਨੂੰ ਇਹਦੇ ਵਿਚਾਰੇ 'ਤੇ ਤਰਸ ਬੜਾ ਆਇਆ ਉਦਾਂ ਹੈ। ਅਤੇ ਮੈਂ ਹਾਂ ਵੀ ਇੰਨਾ ਕਮਾਈ ਕਮੂਈ ਕਰਕੇ ਨਿਆਣੇ ਬਾਹਰ ਘੱਲੇ ਆ, ਅਤੇ ਆਪ ਵਿਚਾਰਾ ਹੁਣ ਮੰਜੀ 'ਤੇ ਪਿਆ ਹੈ ਨਾ। ਅਤੇ ਉੱਥੇ ਨਾ ਹੋਰ ਗੱਲ ਪਤਾ ਲੱਗੀ, ਕਹਿੰਦੇ ਵੀ ਇਹਨਾਂ ਜਿਹੜਾ ਮੁੰਡਾ ਜੋ ਸਾਰਾ ਟੱਬਰ 'ਤੇ ਬਾਹਰ ਆ, ਅਸੀਂ ਉਹਨਾਂ ਨੇ ਉੱਥੇ ਕੋਈ ਬੜੀ ਮਹਿੰਗੀ ਬਿੱਲੀ ਰੱਖੀ ਨਹੀਂ, ਕਿਤੇ ਨਖੱਤੀ ਕਹਿੰਦੇ ਮਹਿੰਗੀ ਬੜੀ। ਅਤੇ ਨਾ ਬਿੱਲੀ ਨੂੰ ਕੋਈ ਨਾ ਡਿਫੈਕਟ ਪੈ ਗਿਆ ਢਿੱਡ 'ਚ, ਪਤਾ ਨਹੀਂ ਉਹਨੂੰ ਕੀ ਹੋ ਗਿਆ, ਬਿਮਾਰ ਸ਼ਮਾਰ ਰਹਿਣ ਲੱਗ ਪਈ। ਬਿੱਲੀ ਐਡੀ ਮਹਿੰਗੇ ਭਾਅ ਦੀਆਂ ਬਿੱਲੀਆਂ ਪਹਿਲਾਂ ਲਓ ਹੀ ਨਾ, ਵੀ ਜਿਨ੍ਹਾਂ ਨੂੰ ਬਿਮਾਰੀਆਂ ਵੀ ਮਹਿੰਗੇ ਭਾਅ ਦੀਆਂ ਲੱਗਦੀਆਂ। ਕਹਿੰਦੇ ਵੀ ਉੱਥੇ ਇੱਦਾਂ ਹੁੱਬ ਹੁੱਬ ਕੇ ਦੱਸੇ, ਹੁੱਬ ਹੁੱਬ ਕੇ ਕਿਤੇ ਕਹਿੰਦੇ ਅਸੀਂ $10,000-15,000 ਡਾਲਾ ਲਾ ਤਾ ਬਿੱਲੀ 'ਤੇ, ਵੀ ਬਿੱਲੀ ਦੇ ਨਾਲ ਇੰਨਾ ਪਿਆਰ ਆ ਸਾਡਾ। ਅਤੇ ਮੈਂ ਕਿਹਾ ਇਹ ਬਿੱਲੀ ਬਿੱਲੀ ਕਰੀ ਜਾਵੇ, ਮੇਰਾ ਬੁੜੇ ਵੱਲ ਧਿਆਨ ਗਿਆ। ਬਿੱਲੀ ਦੇ ਮੈਂ ਕਿਹਾ ਤੁਸੀਂ $10,000-15,000 ਲਾ ਤਾ, ਅਤੇ ਇਹਨੂੰ ਵਿਚਾਰੇ ਨੂੰ ਤੁਸੀਂ ਕੀ ਕਹਿੰਦੇ ਹੁੰਦੇ ਲਾਜ ਦੇ ਨਾਂ 'ਤੇ ਤੁਸੀਂ ਸੁੰਡ ਜਵੈਣ ਵਾਲੀ ਚਾਹ ਹੀ ਘੋਟ ਘੋਟ ਉਹਦੇ ਮੂੰਹ 'ਚ ਪਾਈ ਜਾਣ ਡਏ ਹੋ। ਮੈਂ ਫਿਰ ਮੁੰਡੇ ਨੇ ਇਹਦੇ ਨੂੰ ਸੈਂਤੀ 'ਚ ਮਾਰੀ, ਮੈਂ ਕਿਹਾ ਵੀ ਇਹਦੇ 'ਤੇ ਵੀ ਥੋੜ੍ਹਾ ਜਿਹਾ ਦਸ ਪੰਦਰਾਂ ਹਜ਼ਾਰ ਰੁਪਈਆ ਲਾ ਦਿਉ ਜਿਹਨੇ ਤੁਹਾਨੂੰ ਬਾਹਰ ਬੂਹਰ ਘੱਲਿਆ ਹੈ ਨਾ। ਨਹੀਂ ਕਹਿੰਦਾ ਬਥੇਰੀ ਕੱਟ ਗਿਆ, ਬਥੇਰੀ ਭੋਗ ਚੱਲਿਆ, ਪੋਤਰਿਆਂ ਦੋਤਰਿਆਂ ਵਾਲਾ ਹੋ ਗਿਆ। ਅਤੇ ਮੈਂ ਕਿਹਾ ਵੀ ਪੋਤਰਿਆਂ ਦੋਤਰਿਆਂ ਵਾਲਾ ਹੋ ਗਿਆ ਅਤੇ ਮਤਲਬ ਉਹਨੂੰ ਚਾਹ ਹੀ ਘੋਟ ਘੋਟ ਪਿਆ ਕੇ ਮਾਰ ਦੇਣਾ, ਫਿਰ ਕੋਈ ਗੋਲੀ ਛਿੱਕਾ ਜਿੱਥੇ ਚਾਹੀਦਾ ਉੱਥੇ ਗੋਲੀ ਛਿੱਕਾ ਵੀ ਚਾਹੀਦਾ ਹੁੰਦਾ ਭੈਣ ਜੀ। ਹੈਂ ਬਿੱਲੀਆਂ 'ਤੇ ਤੁਸੀਂ ਕਿਤੇ $10,000-15,000 ਲਾਉਂਦੇ, ਉਹ ਵੀ ਰੁਪਈਏ ਨਹੀਂ ਡਾਲੇ। ਹੁਣ ਪਤਾ ਨਹੀਂ ਉਹਨੇ ਖਰਚੇ ਇੱਧਰ ਦੇ ਕਿੰਨੇ ਬਣਦੇ ਅਤੇ ਕਿੰਨੇ ਨਹੀਂ ਹੈ। ਅਤੇ ਇਹਨੂੰ ਮੇਰੇ ਵਰਗੇ ਨੂੰ ਵਿਚਾਰੇ ਨੂੰ ਕਿਤੇ ਰੁਪਈਏ ਦੀ ਇੱਥੇ ਕਿਤੇ ਡਿਸਪਰੇਨ ਨਹੀਂ ਲਿਆ ਕੇ ਦਿੰਦੇ ਹੈ। ਅਤੇ ਉਹ ਮੇਰੇ ਵੱਲ ਉੱਦਾਂ ਵੇਖੇ, ਮੈਨੂੰ ਇੱਦਾਂ ਦਾ ਕਰੇ ਵੀ ਰਹਿਣ ਦੇ, ਵੀ ਉਹੀ ਗੱਲ ਹੁੰਦੀ ਵੀ ਇਹਨਾਂ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ। ਪਰ ਮੈਨੂੰ ਬੜਾ ਧੱਪ ਚੜਿਆ, ਮੈਂ ਤਾਂ ਨਾ ਨਾਲ ਹੀ ਆਪਣੇ ਮੁੰਡੇ ਵੱਲ ਵੇਖ ਕੇ ਮੈਂ ਨਾ ਘੂਰੀ ਪਾਈ। ਮੈਂ ਕਿਹਾ ਵੀ ਜੇ ਕਿਤੇ ਤੂੰ ਵੱਡੀ ਉਮਰੇ 'ਚ ਮੇਰੇ ਨਾਲ ਇੱਦਾਂ ਕੀਤਾ ਨਾ, ਮੈਂ ਕਿਹਾ ਜਿੱਥੇ ਬੈਠਾ ਹੋਊ ਨਾ ਉੱਥੇ ਹੀ ਤੇਰਾ ਗਲਾ ਘੋਟਾਊ ਮੈਂ ਫੜ ਕੇ। ਹੈਂ ਕੀ ਫਾਇਦਾ ਹੋਇਆ ਵੀ ਅਸੀਂ ਇੰਨਾ ਤੁਹਾਡੇ ਨਾਲ ਕਰ ਕਰਕੇ, ਅਤੇ ਕਿਤੇ ਤੁਹਾਨੂੰ ਸੈਟਲਮੈਂਟਾਂ ਤੁਹਾਡੀਆਂ ਕਰੀਏ, ਅਤੇ ਜਦੋਂ ਅਸੀਂ ਮੰਜੀ 'ਤੇ ਪੈ ਜਾਂਦੇ ਤਾਂ ਉਦੋਂ ਤੁਸੀਂ ਸਾਨੂੰ ਪੁੱਛਦੇ ਨਹੀਂ ਹੈ, ਉਦੋਂ ਤੁਸੀਂ ਬਿੱਲੀਆਂ ਕੁੱਤਿਆਂ ਦੇ ਪੈਸੇ ਲਾਉਣ ਨੂੰ ਤੁਰ ਪੈਂਦੇ ਹੋ। ਇੱਦੀ ਹੋ ਗਈ, ਹਾਂ ਕਰੋ ਜਾਨਵਰ ਨਾਲ ਪਿਆਰ ਵੀ ਕਰੋ, ਪਰ ਪਹਿਲਾਂ ਜਿਹੜਾ ਘਰ 'ਚ ਬੰਦਾ ਵਾ ਉਹਨੂੰ ਤਾਂ ਪੁੱਛ ਲਓ ਵੀ ਉਹਨੂੰ ਵਿਚਾਰੇ ਨੂੰ ਕੀ ਚਾਹੀਦਾ ਕੀ ਨਹੀਂ ਹੈ। ਲੱਤਾਂ ਉਹਦੀਆਂ ਵਿਚਾਰੇ ਦੀਆਂ ਫੁੱਲੀਆਂ ਪਈਆਂ ਵਾ, ਕਿਤੇ ਕਿਤੇ ਕੋਈ ਕੋਈ ਤੱਤੇ ਪਾਣੀ ਦੇ ਟਕੋਰ ਹੀ ਕਰਦੇ। ਮੈਂ ਕਹਿੰਦੀ ਹਾਂ ਹੱਦੀ ਹੋ ਗਈ ਆ, ਬਿੱਲੀਆਂ ਕੁੱਤਿਆਂ ਦੇ ਪੈਸੇ ਲਾਉਣ ਨੂੰ ਬੜੇ ਆ ਇਹਨਾਂ ਦੇ ਕੋਲ, ਉਹਨੂੰ ਵਿਚਾਰੇ ਨੂੰ ਜਦੋਂ ਇਹਦੇ ਕੋਈ ਗੋਲੀ ਛਿੱਕੇ ਦੇਣ, ਚਾਹ ਪੀ ਅਦਰਕ ਵਾਲੀ ਚਾਹ ਪੀ, ਹੁਣ ਸੁੰਡ ਜਵਾਉਣ ਵਾਲੀ ਚਾਹ ਪੀ, ਹੁਣ ਲੂਣ ਵਾਲੀ ਚਾਹ ਪੀ, ਹੁਣ ਕਿਤੇ ਖੱਤੀ ਚਾਹ ਹੋ ਗਈ, ਕਿਤੇ ਚਾਹ ਹੀ ਆ BBS ਕਰ ਲਈ ਆ ਇੱਥੇ। ਹੱਦੀ ਹੋ ਗਈ ਆ, ਇਹਨਾਂ ਦਾ ਵੀ ਦਿਮਾਗ ਖਰਾਬ ਹੋਇਆ। ਪਰ ਜਦੋਂ ਆਪ ਮੰਜੀ 'ਤੇ ਪੈਣਗੇ ਨਾ ਭੈਣ ਜੀ, ਅਤੇ ਜਦੋਂ ਇਹਨਾਂ